ਅਸਲਾਮੁਅਲੈਕੁਮ ਜਿਸ ਤਰ੍ਹਾਂ ਕਿ ਅੱਜਕਲ ਸੋਸ਼ਲ ਮੀਡੀਆ ਤੇ ਰੋਲਾ ਪਿਆ ਹੋਇਆ ਹੈ ਕਿ ਯਾਰ ਗੁਲਾਬੀ ਸੁੰਡੀ ਬਹੁਤ ਆ ਗਈ ਹੈ ਤੇ ਨਰਮੇ ਨਹੀਂ ਬਚਨੇ ਨਰਮੇ ਤਬਾਹ ਹੋ ਜਾਣੇ ਨੇ ਤੇ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਉਹ ਸਾਰੇ ਜੱਟ ਭਰਾਵਾਂ ਵਾਸਤੇ ਵੇਖ ਕੇ ਜਿਹੜੇ ਕਹਿੰਦੇ ਪਏ ਨੇ ਕਿ ਜੀ ਗੁਲਾਬੀ ਸੁੰਡੀ ਦੀ ਵਜ੍ਹਾ ਤੋਂ ਨਰਮੇ ਨਹੀਂ ਬਚਨੇ ਤੇ ਉਹਨਾਂ ਨੂੰ ਮੈਂ ਕਹਿਣਾ ਕਿ ਦੋਸਤੋ ਇੰਨੀ ਜਲਦੀ ਤੁਸੀਂ ਘਬਰਾਓ ਨਾ ਤੇ ਅਲਹਮਦੁਲਿਲਾ ਬਾਕੀ ਇਹ ਰੱਬ ਨੂੰ ਹੀ ਪਤਾ ਕਿ ਨਰਮਿਆਂ ਦੀ ਕੀ ਸੂਰਤ ਹਾਲ ਹੋਣ ਬਾਕੀ ਸੋਸ਼ਲ ਮੀਡੀਆ ਵਾਲਿਆਂ ਨੇ ਇੱਕ ਇਹ ਹਵਾ ਜੀ ਚਲਾਨੀ ਹੁੰਦੀ ਹੈ ਕਿ ਜੀ ਗੁਲਾਬੀ ਸੁੰਡੀ ਆ ਗਈ ਬਿਮਾਰੀ ਬਹੁਤ ਆ ਗਈ ਹੈ ਤੇ ਨਰਮਿਆਂ ਦੀ ਪੈਦਾਵਾਰ ਘਟ ਜੇਗੀ ਅੱਛਾ ਗੱਲ ਉਹਨੇ ਸਰੇ ਗੱਲ ਕੋ ਨਾ ਸੁਨਿਆ ਜੇ ਕੱਲ ਮੈਨੂੰ ਯਾਰ ਪਿੰਡ ਦਾ ਇੱਕ ਬੰਦਾ ਮਿਲਿਆ ਤੇ ਮੈਨੂੰ ਕਹਿੰਦਾ ਯਾਰ ਗੁਲਾਬੀ ਸੁੰਡੀ ਦੀ ਵਜ੍ਹਾ ਤੋਂ ਮੈਂ ਨਰਮਾ ਜਿਹੜਾ ਉਹ ਵਾਹ ਕੇ ਨਾ ਹੋਣ ਇਥੇ ਚਾਵਲ ਬੀਜਣ ਦਾ ਸੋਚਦਾ ਪਿਆ ਤੇ 10 ਕਿੱਲੇ ਉਹਨੇ ਨਰਮਾ ਵਾ ਵੀ ਦਿੱਤਾ ਤੇ ਮੇਰਾ ਪਿੰਡ ਜਿਹੜਾ ਉਹ 115 ਮਰਾਦ ਤੇ ਤਹਿਸੀਲ ਚਿਸ਼ਤੀਆ ਜ਼ਿਲ੍ਹਾ ਬਾਵਨ ਨਗਰ ਤੇ ਮੈਂ ਬੜਾ ਪਰੇਸ਼ਾਨ ਹੋਇਆ ਮੈਂ ਕਿਹਾ ਯਾਰ ਹਜੇ ਇਹਨੇ ਸਿਰਫ ਸੋਸ਼ਲ ਮੀਡੀਆ ਤੋਂ ਟਿਕਟਾਕ ਤੋਂ ਇਧਰ ਉਧਰੋਂ ਦੇਖ ਕੇ ਤੇ ਇਹਨੇ ਆਪਣਾ 3 ਕਿੱਲੇ ਨਰਮਾ ਵਾਤਾ ਬਾਕੀ ਇਹ ਨਹੀਂ ਕਿਹਾ ਜਾ ਸਕਦਾ ਕਿ ਚਾਵਲ ਜ਼ਿਆਦਾ ਹੋ ਜਾਣਗੇ ਯਾਰ 6 ਮਹੀਨਿਆਂ ਦੀ ਫਸਲ ਹੈ ਨਰਮਾ ਕਪਾ ਤੇ 6 ਮਹੀਨਿਆਂ ਦੀ ਫਸਲ ਨੂੰ ਤੁਸੀਂ ਪਹਿਲੇ 2 ਮਹੀਨਿਆਂ ਦੇ ਵਿੱਚ ਪਾਲ ਕੇ ਪੁੱਤਰਾਂ ਤਰ੍ਹਾਂ ਤੇ ਕੀ ਕਰਦੇ ਹੋ ਇਹਨੂੰ ਵਾਹ ਦਿੰਦੇ ਹੋ ਭਾਈ ਜਾਨ ਇਹ ਗੁਲਾਬੀ ਸੁੰਡੀ ਪਹਿਲੀ ਵਾਰੀ ਨਹੀਂ ਆਈ ਇਹ ਅੱਗੇ ਵੀ 20 22 ਸਾਲ 10 8 ਸਾਲ ਪਹਿਲੋਂ ਵੀ ਇਹਨੇ ਦੋ ਵਾਰੀ ਅਟੈਕ ਕੀਤਾ ਤੇ ਤੁਸੀਂ ਨਰਮਾ ਚੋਕਦੇ ਹੋ ਤੁਸੀਂ ਦੇਖਦੇ ਹੋ ਕਿ ਜਿਹੜੀ ਇੱਕ ਟਰਾਲੀ ਤੁਸੀਂ ਭਰ ਕੇ ਲਿਆਈ ਏ ਆਪਣੇ ਉਥੋਂ ਖੇਤ ਚੋਂ ਚੱਕ ਕੇ ਲਿਆਏ ਹੋ ਨਰਮਾ ਉਹਦੇ ਵਿੱਚੋਂ ਕਿੰਨੀਆਂ ਕੋ ਗੁਲਾਬੀ ਸੁੰਡੀਆਂ ਨਿਕਲਦੀਆਂ ਕਿਤੇ 20 ਡੋਡੀਆਂ ਦੇ ਵਿੱਚੋਂ ਇੱਕ ਡੋਡੀ ਜਿਹੜੀ ਕਾਣੀ ਹੁੰਦੀ ਹੈ ਤੇ ਇਸ ਵਾਸਤੇ ਭਰਾਵੋ ਇਹ ਮੈਂ ਵੀਡੀਓ ਸਪੈਸ਼ਲ ਉਹ ਦੋਸਤਾਂ ਵਾਸਤੇ ਬਣਾ ਰਿਹਾ ਕਿ ਜਿਹੜੇ ਘਬਰਾ ਗਏ ਨੇ ਗਲਾਬੀ ਸੁੰਡੀ ਨੂੰ ਵੇਖ ਕੇ ਤੇ ਕੁਝ ਨਵੇਂ ਜ਼ਿਮੀਂਦਾਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਗਲਾਬੀ ਸੁੰਡੀ ਦੀ ਵਜ੍ਹਾ ਤੋਂ ਪਤਾ ਨਹੀਂ ਕੀ ਹੋ ਜਾਏਗਾ ਤੇ ਹੁਣ ਗੱਲ ਇਹ ਕਰਨ ਦੀ ਹੈ ਕਿ ਤੁਸੀਂ ਆਪਣੇ ਖੇਤ ਦਾ ਸਰਵੇ ਕਰੋ ਠੀਕ ਹੈ ਹਰ 2-3 ਦਿਨ ਤੋਂ ਬਾਅਦ ਖੇਤ ਨੂੰ ਚੈੱਕ ਕਰੋ ਤੇ ਭਰਾਵੋ ਆ ਜਿਹੜੀ ਮੇਰੀ ਖੇਤ ਹੈ ਨਾ ਇਹ 16 April ਨੂੰ ਮੈਂ ਕਾਸ਼ਤ ਕੀਤੀ ਹੈ ਤੇ ਕਿ ਤਕਰੀਬਨ 45 ਤੋਂ 50 ਜਿਹੜੇ ਫੁੱਲੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਫੁੱਲ ਹੈ ਉਹਦੇ ਵਿੱਚ ਨਿਕਲਦਾ ਪਿਆ ਜੀ ਇੱਕ ਗੁਲਾਬੀ ਸੁੰਡੀ ਦਾ ਦਾਣਾ ਤੇ ਬਾਕੀ ਸੋਟ ਇੰਡੀਆ ਚ ਇੱਕ ਟੀਂਡਾ ਕਾਣਾ ਨਿਕਲਦਾ ਪਿਆ ਤੇ ਭਰਾਵੋ ਇੰਨੇ ਕੁ ਤੇ ਬਿਮਾਰੀ ਹੁੰਦੀ ਹੁੰਦੀ ਹੈ ਹਰ ਫਸਲ ਦੇ ਵਿੱਚ ਜੀ ਤੇ ਦੂਸਰਾ ਇਹ ਕਿ ਸਪਰੇਅ ਤੁਸੀਂ ਕਰੋ ਨਾਰਮਲ ਜ਼ਰੂਰੀ ਨਹੀਂ ਕਿ ਮਹਿੰਗੀ ਸਪਰੇਅ ਕਰਨੀ ਨਾਰਮਲ ਹੀ ਸਪਰੇਅ ਕਰੋ ਲੇਕਿਨ ਹਰ 4 ਦਿਨ ਤੋਂ ਬਾਅਦ ਰਿਪੀਟ ਮਾਰ ਦੋ ਕਿਉਂ ਕਿਉਂਕਿ ਆਪਾਂ ਕਰਨੇ ਆ ਕਿ ਚੰਗੀ ਸਪਰੇਅ ਲੈਣੇ ਆ ਕੋਈ ਕਿੱਲੇ ਨੂੰ ਜਿਹੜੀ 7 ਤੋਂ 10 ਹਜ਼ਾਰ ਤੱਕ ਜਿਹੜੀ ਸਪਰੇ ਹੁੰਦੀ ਉਹ ਲੈਣ ਨੇ ਆ ਤੇ ਉਹ ਇੱਕ ਵਾਰੀ ਮਾਰ ਕੇ ਮੁੜ ਕੇ 15 ਦਿਨ ਮਾਰ ਦੇਣੀ ਤੇ ਅਗਰ ਤੁਸੀਂ ਨਾਰਮਲ ਸਪਰੇ ਵੀ ਕਰੋ ਤੇ ਉਹਨ ਦਾ ਕੀ ਹੈ ਕਿ ਤੁਸੀਂ ਹਰ 5 ਤੋਂ 6 ਦਿਨ ਦੁਬਾਰਾ ਰਿਪੀਟ ਮਾਰਦੇ ਰਹੋ ਨਾ ਤੇ ਇਹ ਜਿਹੜੀ ਬਿਮਾਰੀ ਹੈ ਨਾ ਇਹ ਇਨਸ਼ਾਅੱਲਾ ਖਤਮ ਹੋ ਜਾਏਗੀ ਤੇ ਨਸੀਬ ਹਰ ਬੰਦੇ ਦੇ ਆਪਣੇ ਨਾਲ ਲੈ ਕੇ ਆਂਦਾ ਤੇ ਤੁਸੀਂ ਕਮਜ਼ ਕਮ 4 ਮਹੀਨੇ ਦੇਖੋ ਤੇ ਘਬਰਾਣਾ ਨਹੀਂਗਾ ਇਨਸ਼ਾਅੱਲਾ ਅੱਛੇ ਰਿਜ਼ਲਟ ਮਿਲਣਗੇ ਯਾਰ ਤੁਹਾਨੂੰ ਵੀ ਪਤਾ ਕਿ ਨਰਮਾ ਇੱਕ ਮੇਜਰ ਫਸਲ ਹੈ ਮੇਜਰ ਕ੍ਰੌਪ ਹੈ ਤੇ ਇਹਨੇ ਆਪਣਾ ਆਪ ਬੜਾ ਮਨਵਾਇਆ ਹੋਇਆ ਤੇ ਤੁਸੀਂ ਮੰਡੀ 'ਚ ਵੇਖਦੇ ਹੋ ਕਿ 10000 ਇਹਦਾ ਰੇਟ ਹੈ ਇਸ ਟਾਈਮ ਆ ਪਾਕਿਸਤਾਨੀ ਮੰਡੀਆਂ ਦੇ ਵਿੱਚ ਇੰਡੀਆ ਦਾ ਨਹੀਂ ਮੈਨੂੰ ਪਤਾ 10000 ਤੋਂ ਸ਼ੁਰੂ ਹੋ ਰਿਹਾ ਇਨਸ਼ਾਅੱਲਾ ਅਗਰ ਕਿੱਲੇ ਦੇ ਵਿੱਚੋਂ ਤੁਹਾਡੇ 3 ਮਨ ਵੀ ਨਿਕਲਦਾ ਤੇ ਤੁਹਾਡੇ ਖਰਚੇ ਪੂਰੇ ਕਰਾ ਕਰਾ ਕੇ ਹਰ ਸ਼ੈ ਪੂਰੀ ਕਰਾ ਕੇ ਤੇ ਇਨਸ਼ਾਅੱਲਾ ਤੁਹਾਡੇ ਹੱਥ 'ਚ ਲੱਖ ਫੜਾ ਕੇ ਇਹ ਸਿਰ ਛੱਟਦਾ ਤੇ ਬਾਕੀ ਤੁਸੀਂ ਚਾਵਲ ਕਹਿੰਦੇ ਹੋ ਜਾਂ ਦੂਸਰੀਆਂ ਫਸਲਾਂ ਕਹਿੰਦੇ ਹੋ ਉਹਨਾਂ ਦੀ ਇੱਕ ਆਪਣੀ ਅਹਿਮੀਅਤ ਹੈ ਉਹ ਉਹਨਾਂ ਦਾ ਆਪਣਾ ਇੱਕ ਮਕਾਮ ਹੈ ਲੇਕਿਨ ਅਗਰ ਨਰਮਾ ਤੇ ਨਰਮਾ ਜਿਹੜਾ ਉਹਨੂੰ ਤੁਸੀਂ ਅਗਰ ਹਰ 2 4 3 ਦਿਨ ਬਾਅਦ ਸਰਵੇ ਕਰਦੇ ਰਹੋ ਤੇ ਇਨਸ਼ਾਅੱਲਾ ਅੱਛੇ ਰਿਜ਼ਲਟ ਮਿਲਣਗੇ ਉਸ ਤੋਂ ਪਹਿਲਾਂ ਬੜੀ ਸੀ ਬੰਦੇ ਦੇ ਵਿੱਚ ਲਾਭ ਲਾਭ ਸਾਨੂੰ ਦਿਖਾਈ ਤੇ ਹੁਣ ਸਾਨੂੰ ਨਹੀਂ ਦਿਸਦੀ ਪਈ ਬਾਈਫੈਂਥ੍ਰਿਨ ਤੇ ਅਸੀਂ ਲੂਫਾ ਦੁੱਜੀ ਕੀਤੀ ਸੀਗੀ ਅਬ ਤੇਲੇ ਦੀ ਵੀ ਤੇ ਬਾਈ ਫਾਂਤਰੀ ਕੀਤੀ ਤੇ ਨਾਲ ਦੋ 3 ਥ੍ਰਿਪਸ ਦੀ ਵੀ ਕੀਤੀ ਹਾਂਜੀ ਇਹ ਐਸੀ ਫਿਰ ਹੁੰਦੀ ਜੀ ਦੇਖਿਆ ਸਾਫ ਹੈ ਜੇ ਤੇਨਾਂ ਦਾ ਇਹ ਦੋ ਚਾਰ ਦਾਣੇ ਉਹ ਕਿੰਨੀ ਬਰੀਕ ਹੈ ਕੈਮਰੇ ਚ ਨਹੀਂ ਆਉਣੀ ਨਹੀਂ ਆਉਣੀ ਹਾਂ ਤਰ ਵੀ ਵੈਸੇ ਬਾਅਦ ਇਹ ਕਲੀਅਰ ਆ ਰਹੀ ਜ਼ੋਰ ਕੀਤੀ ਤਾਂ ਕਿਆ ਪਾਈ ਨਾ ਪਾਉਣੇ ਇਹ ਕੋਈ ਨਹੀਂ ਇਹ ਨਹੀਂ ਨਹੀਂ ਲੇਕਿਨ ਇਹ ਇਹ ਵੀ ਆ ਹੈ ਨਾ ਕਿ ਇਹ ਵਧ ਨਹੀਂ ਆ ਮੋੜ ਕੱਲ ਨੂੰ ਵਾਜ ਜਾਵੇ ਕੰਮ ਬਾਅਦ ਜੀ ਜ਼ਰੂਰ ਲੇਕਿਨ ਇਹ ਚਾਹੇ ਚਲਾ ਕੱਢ ਦਈਏ ਕੋਈ ਮਸਲਾ ਨਹੀਂ ਸਹੀ ਹੋ ਜਾ ਅਸੀਂ ਇੱਕ ਦੋ ਦਿਨ ਤੱਕ ਕਰ ਦਿੰਨੇ ਆ ਤੁਹਾਡੇ ਕੋਈ ਨਹੀਂ ਆਇਆ ਜੇ ਸ਼ਾਇਦ ਨਾ ਜਰ ਇੱਕ ਵਾਰ ਫੋਨ ਲੱਗ ਜਾਵੇ ਤੇ ਉਹ ਲਹਿਦਾ ਗੱਲ